ਸਤਿ ਸ਼੍ਰੀ ਅਕਾਲ ਜੀ ਪੰਜਾਬ ਪੁਲਸਾਂ ਲਈ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਏ ਜੀ ਅੱਜ ਆਪਾਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਜੀ ਵੀ ਜਿਹੜੇ ਬੱਚੇ ਪੰਜਾਬ ਪੁਲਿਸ ਕਾਂਸਟੇਬਲ ਹੋ ਗਿਆ ਹੈਡ ਕਾਂਸਟੇਬਲ ਠੀਕ ਹੈ ਕਾਂਸਟੇਬਲ ਦਾ ਪੂਰਾ ਹੋਣ ਵਾਲੀ ਹੈ ਹੈਡ ਕਾਂਸਟੇਬਲ ਕਈ ਪੋਸਟਾਂ ਨੇ ਜੀ ਜਿਹਦੇ ਵਿੱਚ ਹੈਡ ਕਾਂਸਟੇਬਲ ਆ ਗਈ ਸਬ ਇਨਸਪੈਕਟਰ ਆ ਗਈ ਇੰਟੈਲੀਜੈਂਸ ਕਾਂਸਟੇਬਲ ਆ ਗਈ ਮਤਲਬ ਕਈ ਪੋਸਟਾਂ ਦੀ ਜਿਨ੍ਹਾਂ ਦੇ ਪੇਪਰ ਕੈਨਸਲ ਹੋ ਚੁੱਕੇ ਸੀ ਸਬ ਇੰਸਪੈਕਟਰ ਦਾ ਪੇਪਰ ਤੁਹਾਨੂੰ ਪਤਾ ਜੀ ਨਕਲ ਕਰਨ ਜਿਹੜਾ ਕੈਨਸਲ ਹੋ ਚੁੱਕਿਆ ਸੀ ਤੇ ਹੁਣ ਇਹ ਦੁਬਾਰਾ ਲੈ ਜਾ ਰਹੇ ਨੇ ਜੀ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਤੁਹਾਡੇ ਲਈ ਜਿਨ੍ਹਾਂ ਨੇ ਹਾਲੇ ਤੱਕ ਤਿਆਰੀ ਸਟਾਰਟ ਨਹੀਂ ਕੀਤੀ ਸੀ ਉਹਨਾਂ ਵਾਸਤੇ ਇੱਕ ਹੋਰ ਮੌਕਾ ਮਿਲ ਚੱਕਿਆ ਕਿਉਂਕਿ ਟਾਈਮ ਬਹੁਤ ਘੱਟ ਹੈ ਤੁਹਾਨੂੰ ਲੈ ਚੱਲਦੇ ਜੀ ਮੇਨ ਪੀਡੀਐਫ ਦੇ ਉੱਤੇ ਤੁਸੀਂ ਇਹ ਦੇਖ ਸਕਦੇ ਹੋ ਜੀ ਇਹ ਪੀਡੀਐਫ ਆਫਿਸ ਆਫ ਸਕਿਉਰਿਟੀ ਨੀ ਗਵਰਨਮੈਂਟ ਆਫ ਪੰਜਾਬ ਵੱਲੋਂ ਅਨਾਉਂਸ ਕੀਤੀ ਗਈ ਹੈ ਜੀ ਇਹ ਪਹਿਲਾਂ ਵੀ ਸਕਿੱਲਰ ਡਿਵੈਲਪਮੈਂਟ ਮੰਟੋ ਮਤਲਬ ਕਿ ਪਹਿਲਾਂ ਅਨਾਉਂਸ ਕਰ ਦਿੱਤੀ ਗਈ ਸੀ ਇੱਕ ਹੋਰ ਪੀਡੀਐਫ ਜਿਹਦੇ ਵਿੱਚ ਸਾਰੀ ਡਿਟੇਲ ਦਿੱਤੀ ਗਈ ਸੀ ਜੀ ਇਸੇ ਰਿਲੇਟਡ ਜੁਆਇਨਿੰਗ ਲੈਟਰ ਦੇ ਤੇ ਹੁਣ ਇੱਕ ਹੋਰ ਪੀਡੀਐਫ ਆਈ ਹੈ ਜੀ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਹੋਮ ਅਫੇਅਰਸ ਤੁਸੀਂ نیچے ਲੈ ਚੱਲਦੇ ਹਾਂ ਤੁਹਾਨੂੰ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਸਾਰੇ A ਤੋਂ Z ਡਿਪਾਰਟਮੈਂਟ ਦੇ ਨੇ ਜੀ ਸਬ ਇਨਸਪੈਕਟਰ ਹੋ ਗਿਆ 560 ਪੋਸਟਾਂ ਥਰਡ ਪਾਰਟੀ ਰੀਕੰਡਕਟ ਹੋਊਗਾ ਜੀ ਪੇਪਰ ਠੀਕ ਹੈ ਜੀ ਤੇ ਐਡਵਰਟਾਈਜ਼ਮੈਂਟ ਕਦੋਂ ਨਿਕਲੇਗੀ ਜੀ ਇਹਦੇ 5 ਤਰੀਕ 5ਵੇਂ ਮਹੀਨੇ ਦੀ 31 ਤਰੀਕ ਨੂੰ ਮਤਲਬ ਆਉਣ ਵਾਲੇ ਅੱਜ 30 ਹੋ ਗਈ ਠੀਕ ਹੈ ਕੱਲ ਨੂੰ 31 ਹੈ ਕੱਲ ਦੇ ਦਿਨ ਦੇ ਵਿੱਚ ਜਿਹੜੀ ਰੀਕਨੈਕਟ ਵਾਸਤੇ ਪਬਲਿਸ਼ ਹੋ ਸਕਦੀ ਹੈ ਐਡਵਰਟਾਈਜ਼ਮੈਂਟ ਤੇ ਉਸ ਤੋਂ ਬਾਅਦ ਕਾਂਸਟੇਬਲ ਦੀ ਹੋ ਗਈ ਠੀਕ ਹੈ ਜੀ 1156 ਪੋਸਟਾਂ ਤੇ ਸਿਵਿਲিয়ান ਸਪੋਰਟਸ ਸਟਾਫ ਦੀਆਂ ਹੋ ਗਈਆਂ 634 ਮਤਲਬ ਇਹਨਾਂ ਰਿਜ਼ਲਟ ਅਨਾਉਂਸ ਹੋ ਚੁੱਕੇ ਨੇ ਜਿਨ੍ਹਾਂ ਦੇ ਮਤਲਬ ਸਬ ਇਨਸਪੈਕਟਰ ਹੋ ਗਿਆ ਹੈੱਡ ਕਾਂਸਟੇਬਲ ਹੋ ਗਿਆ ਇਹਨਾਂ ਦੇ ਹਾਲ ਤੱਕ ਆਈ ਨਹੀਂ ਇਹ ਹਾਲੇ ਤੱਕ ਜੀ ਪੇਪਰ ਰੀਕੰਡਕਟ ਕਰਵਾਏ ਜਾਣਗੇ ਹੁਣ 31 ਪੰਜ ਨੂੰ ਕੱਲ੍ਹ ਦਿਨ ਤੱਕ ਤੁਹਾਨੂੰ ਨੋਟੀਫਿਕੇਸ਼ਨ ਆਉਣ ਦੇ ਚਾਂਸ ਨੇ ਜੀ ਵੀ ਕਦੋਂ ਹੋਵੇਗਾ ਪੇਪਰ ਫੁੱਲ ਡੇਟ ਸਾਰਾ ਕੁਝ ਟਾਈਮ ਸਾਰਾ ਕੁਝ ਆ ਸਕਦਾ ਤੇ ਬਾਕੀ ਹੁਣ ਤਿਆਰੀ ਖਿੱਚ ਲਓ ਜੀ ਬਹੁਤ ਘੱਟ ਟਾਈਮ ਹੈ ਤੁਹਾਡੇ ਕੋਲ ਜਿਹੜੇ ਸਬ ਇਨਸਪੈਕਟਰ ਵਾਲੇ ਹੋਗੇ ਹੈੱਡ ਕਾਂਸਟੇਬਲ ਵਾਲੇ ਹੋਗੇ ਠੀਕ ਹੈ ਬਹੁਤ ਵਧੀਆ ਮੌਕਾ ਤੁਹਾਡੇ ਲਈ ਬਾਕੀ ਨਵੀਂ ਨਵੀਂ ਅਪਡੇਟ ਤੁਹਾਨੂੰ ਦਿੰਦੇ ਰਹਿਾਂਗੇ ਜੀ ਭਰਤੀਆਂ ਰਿਲੇਟਿਡ ਠੀਕ ਹੈ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸੇ ਤਰ੍ਹਾਂ ਦੀ ਅਪਡੇਟਸ ਨਾਲ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਜੈ ਹਿੰਦ